ਆਪਣਾ ਦੱਸਿਆ ਸੋਚਣ ਲਈ। ਨਮਸਕਾਰ ਜੀ, ਮੈਂ ਕਿਰਨ ਸੂਦਨ, ਅੱਜ ਫਿਰ ਤੁਸੀਂ ਨਾਲ ਰੂਬਰੂ ਆਉਣੀ ਲੱਗੀ ਨਹੀਂ। ਮੈਂ ਇੱਕ ਪਾਪਾ ਜੀ ਦੇ ਸਾੜੇ, ਮੈਂ ਉਹਨੇ ਕਿ ਮਿਲਣੇ ਸਤਾ ਆਏ ਨਹੀਂ ਸਤਾ, ਅੱਜ ਮੈਂ ਉਹਨੇ ਨਾਲ ਇੰਟਰਵਿਊ ਬਾਣੀ ਲੈ ਨਹੀਂ ਸਤਾ। ਮੈਂ ਕਿ ਉਮੀਦ ਦੀ ਕਿ ਇਹਨੇ ਨੇ ਵੀ ਜਾਣ ਪਹਿਚਾਣ ਨੇ ਸਾਰੇ ਉੱਥੋਂ ਮਿਲੇ। ਹਾਂਜੀ ਪਾਪਾ ਜੀ, ਸਤਿ ਸ਼੍ਰੀ ਅਕਾਲ। ਪਾਪਾ ਜੀ ਤੁਸੀਂ ਨਾਲ ਕਿਆ ਨਾਂ ਦਾ? ਬਲਵੰਤ ਸਿੰਘ। ਬਲਵੰਤ ਸਿੰਘ। ਪਾਪਾ ਜੀ ਤੁਸੀਂ ਕਿੱਥੇ ਰਹਿੰਦੇ ਸਿਆ? ਅਸੀਂ ਪਿੰਡ ਕੋਠੀਆਂ, ਤਹਿਸੀਲ ਬਾਗ। ਹਾਂਜੀ। ਅੱਛਾ ਪਾਪਾ ਜੀ, ਤੁਸੀਂ ਨਾ ਕੋਈ ਪਿੱਛੇ ਵਿਛੜੀ ਆਣਾ ਜਾਂ ਕੋਈ ਰਹੀ ਆਣਾ ਉੱਥੇ? ਹਾਂ, ਸਾਡੇ ਉੱਥੇ ਕਾਫੀ ਬੰਦੇ ਰਹਿੰਦੇ, ਸਾਡੇ ਵਧੇ ਪੁੱਤਰ ਤਿੰਨ ਅੱਛਾ ਬਰਾਠ, ਅੱਛਾ ਤੇ ਸਾਡੇ ਸਭ ਨੇ ਤਾਂ ਚਾਚਿਆਂ ਕੋਠੀਆਂ ਜੀ ਸਾਡੇ ਪਿੰਡ ਵਿੱਚ ਉੱਥੇ ਤਈਏ ਰਹਿੰਦੇ ਨੇ। ਅੱਛਾ, ਤੇ ਤੁਸੀਂ ਜਿਸ ਟਾਈਮ ਉਧਰ ਆਏ ਸੀ ਤੇ ਤੁਸੀਂ ਨਾਲ ਹੋਰ ਕੌਣ ਕੌਣ ਆਇਆ ਸੀ? ਤੁਸੀਂ ਨੇ ਪਿਤਾ ਜੀ, ਮਾਤਾ ਜੀ, ਸਾਰੇ ਸੁਪਰਿਵਾਰ ਆਏ ਸੀ ਤੁਸੀਂ? ਨਹੀਂ ਜੀ, ਕੋਈ ਰਹੇ ਸੀ ਉੱਥੇ? ਮੈਂ ਕਰਨਾ ਹੀ ਸਾਂ, ਜੀ ਮੈਂ ਕਰਾਚੀ ਸਾਂ ਜੀ। ਔਰ 47 ਜਿਹੜਾ ਹੋਇਆ ਬਸ ਕਰਾਚੀ ਸਾਂ। ਕਰਾਚੀ ਤੋਂ ਫਿਰ ਮੈਂ ਬੰਬੇ ਗਿਆ, ਬੰਬੇ ਤੋਂ ਪੂਨੇ ਗਿਆ ਜੀ। ਉੱਥੇ ਸਾਡਾ ਬੜਾ ਭਰਾ ਸੀ ਜੀ, ਉੱਥੋਂ ਜਾ ਕੇ ਪਤਾ ਲੱਗ ਗਿਆ ਬਈ ਸਾਡਾ ਪਿੰਡ ਜਿਹੜਾ ਸਾਡਾ ਉਜੜ ਗਿਆ ਜੀ। ਔਰ ਸਭ ਲੋਕ ਜਿਹਨਾਂ ਨੂੰ ਪਹੁੰਚੇ। ਉਸ ਟਾਈਮ ਤੁਸੀਂ ਨੇ ਕਿਆ ਉਮਰ ਸੀ? ਉਸ ਵਕਤ ਮੇਰੀ ਉਮਰ ਕੋਈ 24-25 ਸਾਲ ਸੀ ਜੀ। ਬਹੁਤ ਸ਼ੁਕਰੀਆ। ਤੇ ਉੱਥੇ ਮਤਲਬ ਤੁਸੀਂ ਨੇ ਫਿਰ ਪਿਤਾ ਜੀ ਨਾਲ ਆਏ ਸੀ ਇੱਧਰ? ਨਹੀਂ ਨਹੀਂ ਪਿਤਾ ਜੀ ਸਾਡੇ ਕੁਝ ਬੰਦੇ ਜਿਹੜੇ ਅਸੀਂ ਰੋਲਰਕੋਟ ਤੋਂ ਵਾਪਸ ਕਰ ਗਏ ਜੀ, ਅਤੇ ਉੱਥੇ ਹਮਲਾ ਹੋਇਆ ਅਤੇ ਸਾਡੇ ਤਕਰੀਬਨ ਕੋਈ 7-8 ਬੰਦੇ ਜਿਹੜੇ ਉੱਥੇ ਮਾਰੇ। ਅੱਛਾ, ਜਿਹਦੇ ਸਾਡੇ ਪਿਤਾ ਜੀ ਵੀ ਉੱਥੇ ਮਾਰੇ। ਅੱਛਾ ਪਾਪਾ ਜੀ, ਮੈਂ ਤੁਸੀਂ ਕੋਲ ਸਭ ਤੋਂ ਮੇਨ ਸਵਾਲ ਜਿਹੜਾ ਪੁੱਛਾਂ ਉਹ ਇਹ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਜਿੱਥੇ ਰਹਿੰਦੇ ਸੀ ਆ ਉੱਥੇ ਤੁਸੀਂ ਨੇ ਕੋਲ ਮੁਸਲਿਮ ਫੈਮਲੀਆਂ ਵੀ ਥਈਆਂ ਸੀ? ਹਾਂ ਬਿਲਕੁਲ, ਉਹਨੇ ਲੋਕਾਂ ਨਾਲ ਤੁਸੀਂ ਨਾਲ ਵਰਤਾਵਾ ਕਿਹਾ ਜਾ ਸਕਦਾ? ਬਹੁਤ ਚੰਗਾ ਵਰਤਾਵਾ ਸੀ। ਅੱਛਾ, ਮਤਲਬ ਅੱਛੇ ਲੋਕ ਸੀ? ਹਾਂ ਬਹੁਤ ਚੰਗੇ। ਤੇ ਜਿਹੜਾ ਇਹ ਜਿੰਨੇ ਉਹਨਾਂ ਲੋਕਾਂ ਨੇ ਕੋਈ ਸਾਰਾ ਨੁਕਸਾਨ ਨਹੀਂ ਕੀਤਾ ਜੀ, ਇਹ ਜਿਹੜੇ ਬਾਹਰੋਂ ਧਾਰਾਂ ਆਈਆਂ ਬਾਹਰਲੇ ਇਲਾਕੇ 'ਚੋਂ ਜੀ, ਉਹਨਾਂ ਨੇ ਕੀਤਾ, ਉਹ ਲੋਕ ਸਾਨੂੰ ਬਲਕਿ ਸਾਨੂੰ ਖਬਰ ਦਿੰਦੇ ਸਨ ਜੀ ਕਿ ਵੀ ਤੁਸੀਂ ਇਹ ਫਲਾਨੀ ਜਗ੍ਹਾ ਕੁਆਲੀ ਆ ਗਏ, ਫਲਾਨੀ ਜਗ੍ਹਾ ਆ ਗਏ, ਤੁਸੀਂ ਯਾਨੀ ਬਾਲ ਬੱਚੇ ਨੂੰ ਉੱਥੋਂ ਕੱਢ ਕੇ ਤਾਂ ਰੋਲਾ ਕੋਟ ਲੈ ਜਾਓ ਜਾਂ ਬਾਗ ਲੈ ਜਾਓ ਤਾਂ ਕਿ ਥੋੜ੍ਹਾ ਬਾਲ ਬੱਚਾ ਜਾਏ। ਬਹੁਤ ਚੰਗੇ ਯਾਨੀ ਉਹਨਾਂ ਦਾ ਸਾਡਾ ਸੁੱਖ ਜੀ, ਮਤਲਬ ਤੁਸੀਂ ਨਾ ਵਰਤਮਾਨ ਵਰਤਣਾ ਬਾਣਾ ਬਹੁਤ ਅੱਛਾ ਸਾ, ਉਹਨੇ ਨਾਲ ਵੀ ਅੱਛਾ ਸਾ। ਤੇ ਫਿਰ ਤੁਸੀਂ ਨੇ ਫਿਰ ਪਿਤਾ ਜੀ ਉਹਨੇ ਜਿਹੜੇ ਲੋਕ ਉੱਥੇ ਮਾਰਨ ਹੋਈਏ ਪਿਤਾ ਜੀ ਉਹਨੇ ਨਾਲ ਮਾਰਨ ਹੋਈਏ ਜਾਂ ਇੰਡੀਆ ਆਈਏ? ਨਹੀਂ ਪਿਤਾ ਜੀ ਸਾਡੇ ਉੱਥੇ ਸਾਡੇ ਪਿੰਡ ਦੇ ਸਾਨੂੰ 5 ਆਦਮੀ ਇਕੱਠੇ ਕੁਝ ਮਾਰੀ ਗਈ ਜੀ। ਉਹ ਕਿਸ ਤਰ੍ਹਾਂ ਮਾਰੇ, ਕਿਸ ਤਰ੍ਹਾਂ? ਕਵਾਲੀ ਆਏ ਜੀ ਤੇ ਇਹ ਪਿੰਡ ਵਿੱਚ ਸਨ, ਇੱਕ ਇੱਕ ਆਦਮੀ ਮਰਦ ਕਰ ਗਿਆ ਸੀ, ਬਸ ਅਸੀਂ ਦੇਖਭਾਲ ਕਰੋ। ਹਾਂਜੀ, ਬਾਕੀ ਬਾਲ ਬੱਚਾ ਜਿਹੜਾ ਉਹ ਰੋਲਾ ਕੋਟ ਸੀ, ਕੋਈ ਬਾਗ ਸੀ ਜੀ, ਤੇ ਉਹ ਫਿਰ ਇਕਵਾਲੀ ਜਿਸਲਾ ਆਏ ਤੇ ਉਹ ਉੱਥੋਂ ਘਰੋਂ ਨਸੇ ਜੀ, ਉਹਨੇ ਮਕਾਨ ਅਗਲੇ ਜਿਹੜੇ ਤੇ ਠਹਿਰੇ ਨਹੀਂ ਨਸੇ ਜਾਂਦੇ ਹੀ ਰਹੇ, ਉਹ ਬਚ ਗਏ ਜੀ ਜੀ, ਤੇ ਜਿਹੜੇ ਦੇਖ ਰਹੇ ਮੈਂ ਕੁਆਲੀ ਮੁੜ ਕੇ ਚਲੇ ਜਾਣਗੇ ਅਸੀਂ ਮੁੜ ਕੇ ਘਰ ਜਾਵਾਂਗੇ ਜੀ। ਹੈ ਉਹ ਫਿਰ ਉਹਨਾਂ ਨੂੰ ਜਿਸ ਵਕਤ ਸਾਡੀ ਇੱਕ ਜਗ੍ਹਾ ਸੀ ਫਿੱਡੀ ਫਾਲੂ ਦਾ ਨਾਂ ਸਾ ਜੀ, ਤੇ ਉੱਥੇ ਜਿਹੜਾ ਕੁਆਲੀ ਗਏ ਉਹ ਪਾਰ ਚਲੇ ਗਏ ਹਾਂਜੀ, ਉਹ ਸਾਹਮਣੇ ਸਿਰ ਉਹਨੂੰ ਗੋਲੀ ਮਾਰੀ ਉੱਥੇ 5 ਉੱਥੇ ਜਿਹੜੇ ਮਤਲਬ ਕਿ ਉਸ ਟਾਈਮ ਸਾਰਿਆਂ ਨਾਲ ਇਹ ਸਾ ਕਿ ਅਸ ਵਾਪਸ ਆਪਣੇ ਘਰ ਗਏ ਨੇ, ਮਤਲਬ ਆਸ ਸੀ, ਆਸ ਇੱਕ ਆਸ ਸੀ ਕਿ ਅਸ ਵਾਪਸ ਗਏ ਨੇ। ਕਰਨਾ ਬਹੁਤ ਪਿਆਰ ਸੀ ਨਾ ਜੀ, ਕਰ ਹੋਣਾ ਹੀ ਬੜੀ ਪਿਆਰੀ ਚੀਜ਼ ਦੀ। 47 ਵਿੱਚ ਇੰਨਾ ਘੱਲੂਘਾਰਾ ਹੁੰਦਾ, ਹੁਣ ਦੇ ਪੰਜਾਬ ਦੀ ਲੋਕ ਮੱਕਾਂ ਕੱਪਦੇ ਸਨ, ਕਾਂ ਕੱਪਦੇ ਸਨ ਜੀ, ਕਿ ਅਸੀਂ ਇਹ ਕਿਸੇ ਨੂੰ ਕੋਈ ਐਸਾ ਹੋ ਕੇ ਨਹੀਂ ਸੀ ਬਈ ਇੰਨਾ ਕੁਛ ਹੋਣਾ ਹੈ ਜੀ।